ਅਤੇ ਅਸੀਂ ਬੜੀ ਕਾਮਨ ਜਿਹੜੀ ਸਾਡੇ ਅੰਦਰ ਇੱਕ ਫੀਲਿੰਗ ਰਹਿੰਦੀ ਹੈ ਕਿ ਅਸੀਂ ਸਫ਼ਰ ਕਰਦੇ ਹਾਂ ਲਾਈਫ ਵਿੱਚ। ਬਹੁਤ ਜ਼ਿਆਦਾ ਲੋਕਾਂ ਨੂੰ ਆਪਣੇ ਆਪ 'ਚ ਕੰਪਲੇਂਟ ਰਹਿੰਦੀ ਹੈ ਕਿ ਸਾਡੀ ਜ਼ਿੰਦਗੀ 'ਚ ਸਫਰਿੰਗ ਬਹੁਤ ਜ਼ਿਆਦਾ ਹੈ। ਇਹਦੇ ਉੱਤੇ ਕੁਝ ਚੀਜ਼ਾਂ ਸ਼ੇਅਰ ਕਰਾਂਗੇ ਕਿ ਸਫਰਿੰਗ ਵਾਕਈ ਹੀ ਹੈ ਲਾਈਫ ਵਿੱਚ, ਅਤੇ ਜੇ ਸਫਰਿੰਗ ਹੈ ਤਾਂ ਉਹਦਾ ਰੋਲ ਕੀ ਹੈ, ਅਤੇ ਜੇ ਸਫਰਿੰਗ ਨਾ ਹੋਵੇ ਲਾਈਫ ਦੇ ਵਿੱਚ ਤਾਂ ਲਾਈਫ ਵਾਟ ਇਜ਼ ਲਾਈਫ ਵਿਦਆਊਟ ਸਫਰਿੰਗ। ਜਿੰਨੀਆਂ ਸਾਡੀ ਜ਼ਿੰਦਗੀ ਦੇ ਵਿੱਚ ਚੈਲੰਜਸ ਆਉਂਦੇ ਨੇ ਜਾਂ ਰੁਕਾਵਟਾਂ ਆਉਂਦੀਆਂ ਨੇ ਜਾਂ ਮੁਸੀਬਤਾਂ ਆਉਂਦੀਆਂ ਨੇ ਜਾਂ ਔਖੀਆਂ ਘੜੀਆਂ ਆਉਂਦੀਆਂ ਨੇ, ਅਸੀਂ ਫਟਾਫਟ ਕਹਿ ਲੈਂਦੇ ਉਹਨੂੰ ਕਿ ਮੈਂ ਸਫ਼ਰ ਕਰ ਰਿਹਾ ਹਾਂ। ਵੀ ਕਾਲ ਇਟ, ਵੀ ਨੇਮ ਇਟ ਐਜ਼ ਸਫਰਿੰਗ। ਹੁਣ ਆਈ ਵੁੱਡ ਲਾਈਕ ਟੂ ਐਕਸਪਲੇਨ ਇਟ ਵਿਦ ਅ ਸਟੋਰੀ ਕਿ ਇੱਕ ਆਦਮੀ ਦੀ ਮੌਤ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ ਅਤੇ ਦੂਜੇ ਜਹਾਨ 'ਚ ਜਾਂਦਾ ਉਹ, ਅਤੇ ਦੂਜੇ ਜਹਾਨ 'ਚ ਜਾਂਦਾ ਅਤੇ ਫਰਿਸ਼ਤਾ ਉਹਨੂੰ ਇੱਕ ਕਾਰਮਿਕ ਅਕਾਊਂਟ ਉਹਦੇ ਸਾਰੇ ਦੇਖਦਾ ਅਤੇ ਉਹਨੂੰ ਇੱਕ ਬੜੀ ਸੋਹਣੀ ਜਿਹੀ ਜਗ੍ਹਾ 'ਤੇ ਲੈ ਜਾਂਦਾ, ਵੈਰੀ ਬਿਊਟੀਫੁਲ ਪਲੇਸ। ਅਤੇ ਉੱਥੇ ਉਹਨੂੰ ਕਹਿੰਦੇ ਆ ਕਿ ਜੋ ਦਿਲ ਕਰਦਾ ਖਾਓ, ਜੋ ਦਿਲ ਕਰਦਾ ਪਾਓ, ਜਿੰਨਾ ਇੰਜੋਏ ਕਰਨਾ ਕਰੋ, ਤੁਹਾਡੀ ਹਾਊਸ ਕੀਪਿੰਗ ਦੀ ਇੱਥੇ ਕੋਈ ਪ੍ਰੋਬਲਮ ਨਹੀਂ ਹੈ, ਇਟ ਵਿਲ ਬੀ ਟੇਕਨ ਕੇਅਰ ਆਫ, ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੋਏਗੀ, ਨਾ ਤੁਹਾਡੇ ਕੋਈ ਭਾਰ ਵਧਣ ਦਾ ਚਾਂਸ ਹੈ। ਜੋ ਤੁਸੀਂ ਕਰਨਾ ਚਾਹੁੰਦੇ ਹੋ, ਆਪਣੀ ਜ਼ਿੰਦਗੀ ਦੇ ਖਾਬ ਜਿਹੜੇ ਪੂਰੇ ਕਰਨੇ ਆ, ਸਭ ਕੁਛ ਇੱਥੇ ਹੈਗੇ, ਪੂਰੇ ਕਰੋ। ਉਹ ਆਦਮੀ ਬੜਾ ਹੈਰਾਨ ਹੁੰਦਾ, ਉਹਨੂੰ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ 'ਚ ਝੂਠ ਵੀ ਬਹੁਤ ਬੋਲੇ ਆ, ਦੂਸਰਿਆਂ ਨੂੰ ਤੰਗ ਵੀ ਬਹੁਤ ਕੀਤਾ ਹੈ, ਗਲਤ ਕੰਮ ਵੀ ਕੀਤੇ ਹੈ, ਧੋਖੇ ਵੀ ਦਿੱਤੇ ਹੈ, ਅਤੇ ਮੈਨੂੰ ਜੰਨਤ ਕਿਸ ਤਰ੍ਹਾਂ ਨਸੀਬ ਹੋ ਗਈ ਹੈ ਵਾਲੀ। ਵਿਸ਼ਵਾਸ ਨਹੀਂ ਆਉਂਦਾ ਉਹਨੂੰ ਕਿ ਮਿਰੇਕਲ ਹੈਗਾ ਕਿ ਹਾਓ ਇਟ ਇਜ਼ ਪੋਸੀਬਲ। ਪਰ ਸਾਰੀ ਉਮਰ ਬੰਦਾ ਇਹੋ ਜਿਹੀ ਜ਼ਿੰਦਗੀ ਦੀ ਇੱਕ ਆਸ ਰੱਖਦਾ, ਅਤੇ ਜਦੋਂ ਉਹ ਮਿਲ ਜਾਏ ਤਾਂ ਨੋ ਬੜੀ ਵਾਂਟਸ ਕਿ ਹੈ ਹੁਣ ਚਲੀ ਜਾਏ, ਚੁੱਪ ਰਹਿੰਦਾ ਐਂਡ ਹੀ ਸਟਾਰਟਸ ਇੰਜੋਇੰਗ ਇਟ। ਹਫ਼ਤਾ ਬੀਤ ਜਾਂਦਾ, ਹਫ਼ਤਾ ਬੀਤ ਜਾਂਦਾ ਅਤੇ ਉਹ ਬੋਰ ਹੋਣਾ ਸ਼ੁਰੂ ਹੋ ਜਾਂਦਾ ਵੈ। ਹਫ਼ਤੇ ਬਾਅਦ ਉਹ ਏਂਜਲ ਕੋਲ ਜਾਂਦਾ, ਉਹ ਕਹਿੰਦਾ ਕਿ ਮੈਂ ਪੜ੍ਹਿਆ ਲਿਖਿਆ ਬੰਦਾ, ਮੈਂ ਬੋਰ ਹੋ ਗਿਆ ਵਾਂ, ਇੱਥੇ ਬਹੁਤ ਸਾਰੇ ਕੰਮ ਹੋਣੇ ਹੈ, ਮੈਨੂੰ ਕੋਈ ਕੰਮ ਦੇ ਦਿਓ ਕਰਨ ਵਾਸਤੇ, ਆਈ ਵਿਲ ਬੀ ਵੈਰੀ ਯੂਸਫੁਲ ਟੂ ਯੂ। ਏਂਜਲ ਉਹਨੂੰ ਕਹਿੰਦਾ ਇੱਥੇ ਨਾ ਤਾਂ ਕੋਈ ਕਿਸੇ ਤਰ੍ਹਾਂ ਦੀ ਜੋਬ ਹੈ, ਨਾ ਕੋਈ ਕਿਸੇ ਤਰ੍ਹਾਂ ਦਾ ਟੈਸਟ ਹੈ, ਕੁਛ ਨਹੀਂ ਕਰਨਾ, ਸਿਰਫ ਲਾਈਫ ਨੂੰ ਇੰਜੋਏ ਕਰਨਾ, ਇਸ ਤੋਂ ਅੱਗੇ ਕੁਛ ਨਹੀਂ ਹੈ। ਚੁੱਪ ਕਰਕੇ ਫਿਰ ਵਾਪਸ ਚਲਾ ਜਾਂਦਾ। ਹਫ਼ਤਾ ਫਿਰ ਬੀਤ ਜਾਂਦਾ, ਬੜਾ ਹੀ ਔਖਾ ਹੁੰਦਾ। ਹਫ਼ਤੇ ਬਾਅਦ ਉਹ ਫਿਰ ਏਂਜਲ ਕੋਲ ਜਾ ਕੇ ਬੜੀ ਉਹਦੇ ਪੈਰੀ ਪੈਂਦਾ, ਉਹਨੂੰ ਕਹਿੰਦਾ ਨਹੀਂ ਮੈਨੂੰ ਕੁਛ ਥੋੜ੍ਹਾ ਜਿਹਾ ਕੰਮ ਕਰਨ ਵਾਸਤੇ ਦਿਓ। ਉਹ ਕਹਿੰਦਾ ਨਹੀਂ ਕੰਮ ਨਹੀਂ ਹੈ, ਬਸ ਇਹ ਜਿਸ ਤਰ੍ਹਾਂ ਹੈ ਇਹਨੂੰ ਤੁਸੀਂ ਸਿਰਫ ਇੰਜੋਏ ਕਰੋ। ਬੜੀ ਉੱਚੀ ਆਵਾਜ਼ 'ਚ ਸ਼ਾਊਟ ਕਰਕੇ ਬੋਲਦਾ, ਦਿਸ ਇਜ਼ ਲਿਵਿੰਗ ਹੈਲ। ਅਤੇ ਏਂਜਲ ਕਹਿੰਦਾ ਤੁਸੀਂ ਕੀ ਸਮਝਿਆ ਸੀਗਾ, ਦਿਸ ਇਜ਼ ਹੈਲ ਓਨਲੀ, ਦਿਸ ਇਜ਼ ਹੈਲ ਓਨਲੀ। ਸੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਮੈਜਿਨ ਕਰਦੇ ਹਾਂ ਕਿ ਅਸੀਂ ਰਿਲੈਕਸ ਵੇ ਨਾਲ ਬੈਠੇ ਹੋਈਏ, ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਟ੍ਰੈਸ ਨਾ ਹੋਵੇ, ਅਤੇ ਦੈਟ ਇਜ਼ ਦੀ ਹੈਪੀਨੈਸ। ਬਟ ਜਿਹੜੀ ਹੈਪੀਨੈਸ ਹੈ, ਇਟ ਇਜ਼ ਫਾਰ ਫਰੋਮ ਟਰੁੱਥ। ਇਸ ਤੋਂ ਝੂਠੀ ਗੱਲ ਕੋਈ ਨਹੀਂ ਹੈ ਕਿ ਜੇ ਤੁਹਾਡੀ ਜ਼ਿੰਦਗੀ ਬਹੁਤ ਰਿਲੈਕਸ ਹੈ, ਤੁਹਾਡੀ ਜ਼ਿੰਦਗੀ 'ਚ ਕੋਈ ਸਟ੍ਰੈਸ ਨਹੀਂ ਹੈ, ਕੋਈ ਚੈਲੰਜਸ ਨਹੀਂ ਹੈ, ਡਜ਼ ਨਾਟ ਮੀਨ ਕਿ ਤੁਸੀਂ ਖੁਸ਼ ਰਹੋਗੇ। ਜਿੱਥੇ ਲਾਈਫ ਦੇ ਵਿੱਚ ਚੈਲੰਜਸ ਨਹੀਂ ਹੋਣਗੇ, ਉਹ ਲਾਈਫ ਫੁੱਲ ਤੇ ਸ਼ਾਇਦ ਹੋ ਸਕਦੀ ਹੈ, ਪਰ ਕਦੀ ਵੀ ਫੁੱਲਫਿਲਿੰਗ ਨਹੀਂ ਹੁੰਦੇ। ਜਿਹੜੇ ਵੀ ਚੈਲੰਜਸ ਬੰਦੇ ਕੋਲ ਆਉਂਦੇ ਨੇ, ਭਾਵੇਂ ਉਹ ਸੈਲਫ ਇੰਪੋਜ਼ਡ ਹੁੰਦੇ ਨੇ, ਭਾਵੇਂ ਉਹ ਬਾਹਰੋਂ ਤੁਹਾਡੇ ਉੱਤੇ ਫੋਰਸ ਅਪੋਨ ਕੀਤੇ ਜਾਂਦੇ ਨੇ, ਉਹ ਤੁਹਾਨੂੰ ਹਮੇਸ਼ਾ ਗਰੋ ਕਰਨ 'ਚ ਸਹਾਈ ਹੁੰਦੇ ਨੇ। ਔਰ ਇਹ ਸਿਰਫ ਉਹ ਚੈਲੰਜਸ ਦੇ ਥਰੂ ਹੈ ਕਿ ਤੁਸੀਂ ਲਾਈਫ ਦੀਆਂ ਜਿਹੜੀਆਂ ਸੈਂਸਿਟਿਵਿਟੀਜ਼ ਹੈ, ਜਿਹਨੂੰ ਡਿਜ਼ਾਇਰੇਬਲ ਇਫੈਕਟਸ ਹੈ, ਉਹਨੂੰ ਤੁਸੀਂ ਐਪਰੀਸ਼ੀਏਟ ਕਰ ਸਕਦੇ ਹੋ। ਜਿੰਨੇ ਵੀ ਬਿਊਟੀਫੁਲ ਰੂਹਾਂ ਹੋਈਆਂ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਖੂਬਸੂਰਤ ਲੋਕ ਨੇ, ਇਹ ਖੂਬਸੂਰਤ ਰੂਹਾਂ ਨੇ, ਜੇ ਤੁਸੀਂ ਉਹਨਾਂ ਦੀ ਲਾਈਫ ਹਿਸਟਰੀ ਦੇਖੋ ਤਾਂ ਉਹਨਾਂ ਨੇ ਲਾਈਫ ਦੇ ਵਿੱਚ ਲੋਸ ਸਫ਼ਰ ਕੀਤਾ ਹੁੰਦਾ, ਉਹਨਾਂ ਨੇ ਲਾਈਫ 'ਚ ਚੈਲੰਜਸ ਫੇਸ ਕੀਤੇ ਹੁੰਦੇ ਨੇ, ਉਹਨਾਂ ਨੇ ਸਫਰਿੰਗਸ 'ਚੋਂ ਲਿੰਘੇ ਹੁੰਦੇ ਨੇ। ਇਸ ਕਰਕੇ ਉਹ ਇੰਨੀ ਡੂੰਘਾਈ 'ਚੋਂ ਲੰਘਣ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੀ ਸੈਂਸਿਟਿਵਿਟੀ ਆਉਂਦੀ ਹੈ ਲਾਈਫ ਵਾਸਤੇ, ਉਹ ਉਹਨਾਂ ਨੂੰ ਕੰਪੈਸ਼ਨ, ਕਾਇੰਡਨੈਸ, ਜੈਂਟਲਨੈਸ ਨਾਲ ਭਰ ਦਿੰਦੀ ਹੈ। ਸੋ ਬਿਊਟੀਫੁਲ ਪੀਪਲ ਡੂ ਨਾਟ ਹੈਪਨ, ਸਫਰਿੰਗ ਮੇਕ ਅਸ ਬਿਊਟੀਫੁਲ।
ਸਭ ਤੋਂ ਵੱਡੀ ਗੱਲ ਹੈ ਵੇ ਕਿ ਸਫਰਿੰਗਸ ਮੇਕ ਅਸ ਬਿਊਟੀਫੁਲ। ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਅਮੀਰ ਲੋਕ ਜਿਨ੍ਹਾਂ ਨੂੰ ਵਿਰਾਸਤ 'ਚ ਬਹੁਤ ਪੈਸਾ ਮਿਲ ਜਾਂਦਾ ਹੈ ਉਹ ਹਮੇਸ਼ਾ ਡਿਪਰੈਸ਼ਨ ਵਾਲੇ ਸਾਈਡ ਤੇ ਜਾਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਕੋਈ ਬਹੁਤ ਜ਼ਿਆਦਾ ਚੈਲੰਜਸ ਨਹੀਂ ਹੁੰਦੇ ਨੇ ਲਾਈਫ ਕਰਨ ਕੁਝ ਕਰਨ ਲਈ, ਤੇ ਜੇ ਉਹਨਾਂ ਨੂੰ ਕੁਝ ਅਕੰਪਲਿਸ਼ ਹੁੰਦੀ ਹੈ ਚੀਜ਼ ਤੇ ਉਸ ਹਿਸਾਬ ਦੀ ਖੁਸ਼ੀ ਵੀ ਨਹੀਂ ਹੁੰਦੀ ਉਹਨਾਂ ਨੂੰ ਜਿਹੜੀ ਕਿ ਇੱਕ ਆਮ ਇਨਸਾਨ ਨੂੰ ਹੋ ਸਕਦੀ ਹੈ। ਰਾਦਰ ਦੇ ਆਰ ਡਿਵਾਈਡ ਆਫ ਦੋਸ ਕਾਇੰਡ ਆਫ ਜੋਇਸ ਐਂਡ ਹੈਪੀਨੈਸ ਜਿਹੜਾ ਕਿ ਇੱਕ ਆਮ ਇਨਸਾਨ ਮਹਿਸੂਸ ਕਰ ਸਕਦਾ ਹੈ। ਇਸੇ ਕਰਕੇ ਅਮੀਰ ਮੁਲਕ ਤੇ ਅਮੀਰ ਲੋਕੀ ਡਿਪਰੈਸ਼ਨ ਵਾਲੀ ਸਾਈਡ ਦੇ ਉੱਤੇ ਬਹੁਤ ਜਾਂਦੇ ਨੇ। ਸੈਕਿੰਡਲੀ, ਜਿਹੜਾ ਵੀ ਤੁਸੀਂ ਵਿਹਲੇ ਬੰਦੇ ਦੇਖੋਗੇ ਜਿਨ੍ਹਾਂ ਕੋਲ ਕੋਈ ਬਹੁਤੇ ਚੈਲੰਜਸ ਨਹੀਂ ਹੋਣਗੇ, ਇਹਨਾਂ ਲੋਕਾਂ ਨਾਲ ਕੱਟਣਾ ਬਹੁਤ ਮੁਸ਼ਕਿਲ ਹੁੰਦਾ ਕਿਉਂਕਿ ਇੱਕ ਜਿਹੜਾ ਆਈਡਲ ਮਾਈਂਡ ਹੈ ਉਹ ਡਿਪਰੈਸਿਵ ਤੇ ਹੁੰਦਾ ਹੀ ਹੁੰਦਾ ਵੈ, ਨਾਲ ਨਾਲ ਡੇਂਜਰਸ ਵੀ ਬਹੁਤ ਹੁੰਦਾ। ਬੋਥ ਦਾ ਥਿੰਗ, ਇੱਕ ਮੈਂ ਅਮਿਤਾਬ ਬੱਚਨ ਦਾ ਬਲੌਗ ਪੜਿਆ ਸੀਗਾ, ਉਹਨਾਂ ਨੇ ਲਿਖਿਆ ਸੀ ਕਿ ਜਦੋਂ ਉਹ ਗ੍ਰੈਜੂਏਸ਼ਨ ਤੋਂ ਬਾਅਦ ਅਨਇੰਪਲੋਇਡ ਸੀਗੇ, ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਉਹਨਾਂ ਨੂੰ ਨੌਕਰੀ ਮਿਲ ਜਾਏ, ਪਰ ਹਰ ਜਗ੍ਹਾ ਤੋਂ ਉਹਨਾਂ ਨੂੰ ਰਿਫਿਊਜ਼ਲ ਮਿਲਦਾ ਸੀ ਤੇ ਸਾਰੇ ਦੋਸਤ ਇਕੱਠੇ ਹੋ ਕੇ ਚਾਹ ਵਾਲੇ ਖੋਖੇ ਦੇ ਉੱਤੇ ਸ਼ਾਮ ਨੂੰ ਬੈਠ ਕੇ ਡਿਸਕਸ ਕਰਦੇ ਸੀ। ਸਾਰੇ ਜਣੇ ਅਨਇੰਪਲੋਇਡ ਸੀਗੇ ਤੇ ਸਾਰੇ ਜਣੇ ਇਸ ਗੱਲ ਦਾ ਕਾਰਨ ਲੱਭਦੇ ਸੀ ਕਿ ਸਾਡੀ ਜ਼ਿੰਦਗੀ ਕਿੰਨੀ ਮੁਸ਼ਕਲ ਹੈ, ਇਹਦਾ ਕੀ ਕਾਰਨ ਹੈ ਕਿ ਅਸੀਂ ਇੰਨੇ ਔਖੇ ਹਾਂ, ਪੜ੍ਹਾਈ ਵੀ ਕਰ ਲਈ, ਸਭ ਕੁਝ ਕਰ ਲਿਆ, ਜਿੱਥੇ ਜਾਈਦੀ ਹੈ ਸਾਨੂੰ ਕਲਰਕ ਟਿਕਣ ਦੀ ਵੀ ਨੌਕਰੀ ਨਹੀਂ ਮਿਲਦੀ, ਇੰਨਾ ਲਾਈਫ 'ਚ ਸੰਘਰਸ਼ ਹੈਗਾ ਤੇ ਜਿਹੜਾ ਕਿ ਸਾਡੇ ਕਰਕੇ ਨਹੀਂ ਹੈਗਾ। ਵੀ ਆਰ ਨਾਟ ਰਿਸਪੋਂਸੀਬਲ ਫਾਰ ਦਿਸ ਥਿੰਗ, ਵਾਈ ਦਿਸ ਇਜ਼ ਹੈਪਨਿੰਗ। ਤੇ ਇੱਕ ਵਾਰੀ ਇੱਕ ਉਹਨਾਂ ਦੇ ਦੋਸਤ ਨੇ ਵਿੱਚੋਂ ਜਵਾਬ ਦਿੱਤਾ, ਇਹਦੇ ਕਸੂਰਵਾਰ ਸਾਡੇ ਮਾਂ ਬਾਪ ਹੈ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ। ਤੇ ਅਮਿਤਾਬ ਬੱਚਨ ਕਹਿੰਦੇ ਨੇ ਕਿ ਮੈਨੂੰ ਉਸੇ ਵੇਲੇ ਇਹ ਜਵਾਬ ਇੰਨਾ ਕਲਿੱਕ ਕੀਤਾ ਕਿ ਵਾਕਈ ਇਹ ਮੇਰਾ ਕਸੂਰ ਨਹੀਂ ਹੈਗਾ, ਇਹ ਸਾਡੇ ਮਾਂ ਬਾਪ ਦਾ ਕਸੂਰ ਹੈਗਾ ਕਿ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ, ਨਾ ਉਹ ਪੈਦਾ ਕਰਦੇ ਸਾਨੂੰ, ਨਾ ਅੱਜ ਅਸੀਂ ਇਸ ਸਿਚੁਏਸ਼ਨ 'ਚ ਹੁੰਦੇ। ਉਹ ਜਾਂਦੇ ਆਪਣੇ ਘਰ ਤੇ ਆਪਣੇ ਫਾਦਰ ਨਾਲ ਉਹ ਕਦੀ ਬਹੁਤੀ ਉੱਚੀ ਆਵਾਜ਼ 'ਚ ਕਦੀ ਗੱਲ ਨਹੀਂ ਕੀਤੀ ਹੁੰਦੀ, ਤੇ ਸ਼ਾਮ ਨੂੰ ਜਦੋਂ ਉਹਨਾਂ ਦੇ ਫਾਦਰ ਘਰ ਆਉਂਦੇ ਨੇ ਤੇ ਥੋੜੀ ਜਿਹੀ ਉੱਚੀ ਆਵਾਜ਼ 'ਚ ਗੱਲ ਕਰਦੇ ਨੇ ਕਿ ਤੁਸੀਂ ਸਰ ਮੈਨੂੰ ਪੈਦਾ ਕਿਉਂ ਕੀਤਾ, ਤੇ ਕਹਿੰਦੇ ਮੇਰੇ ਫਾਦਰ ਉਸ ਵੇਲੇ ਤੇ ਮੈਨੂੰ ਕੋਈ ਜਵਾਬ ਨਹੀਂ ਦਿੰਦੇ, ਤੇ ਜਦੋਂ ਮੈਂ ਸਵੇਰੇ ਉੱਠਦਾ ਤੇ ਮੇਰੇ ਸਿਰਹਾਣੇ ਦੇ ਉੱਤੇ ਇੱਕ ਕਵਿਤਾ ਦੇ ਰੂਪ ਵਿੱਚ ਇੱਕ ਜਵਾਬ ਲਿਖਿਆ ਹੁੰਦਾ ਕਿ ਮੇਰੇ ਟਾਈਮ ਤੇ ਵੀ ਇੰਨਾ ਹੀ ਸੰਘਰਸ਼ ਸੀਗਾ, ਪਰ ਮੇਰੇ ਬਾਪ ਨੇ ਮੈਨੂੰ ਪੁੱਛ ਕੇ ਪੈਦਾ ਨਹੀਂ ਸੀ ਕੀਤਾ, ਇਸ ਕਰਕੇ ਮੈਂ ਵੀ ਆਪਣੇ ਬੇਟੇ ਨੂੰ ਪੁੱਛ ਕੇ ਪੈਦਾ ਨਹੀਂ ਕੀਤਾ, ਪਰ ਅੱਜ ਮੇਰਾ ਬੇਟਾ ਸੰਘਰਸ਼ ਤੋਂ ਡਰ ਗਿਆ ਤੇ ਉਹ ਅੱਜ ਮੈਨੂੰ ਸਵਾਲ ਕਰ ਰਿਹਾ ਕਿ ਮੈਨੂੰ ਬਿਨਾਂ ਪੁੱਛਿਆ ਪੈਦਾ ਕਿਉਂ ਕੀਤਾ ਵੈ। ਤੇ ਮੈਂ ਉਹਨੂੰ ਇਹੀ ਸਲਾਹ ਦੇਵਾਂਗਾ ਕਿ ਮੈਂ ਤੇ ਤੈਨੂੰ ਪੁੱਛੇ ਕਿ ਪੈਦਾ ਨਹੀਂ ਕੀਤਾ, ਤੂੰ ਆਪਣੇ ਬੱਚਿਆਂ ਨੂੰ ਪੁੱਛ ਕੇ ਪੈਦਾ ਕਰ ਲਈ। ਜਦਕਿ ਸੰਘਰਸ਼ ਜ਼ਿੰਦਗੀ ਦੇ ਵਿੱਚ ਕੱਲ ਵੀ ਸੀ, ਅੱਜ ਵੀ ਹੈ ਤੇ ਕੱਲ ਵੀ ਰਹੇਗਾ। ਤੇ ਜੇ ਤੁਸੀਂ ਸੋਚੋ ਕਿ ਲਾਈਫ ਸੰਘਰਸ਼ ਦੇ ਬਿਨਾਂ ਕੋਈ ਸਵਾਦ ਹੈ ਤੇ ਉਹ ਬੇਸਵਾਦੀ ਹੋਏਗੀ, ਦਿਸ ਵਿਲ ਬੀ ਟੇਸਟਲੈਸ। ਸੰਘਰਸ਼ ਜ਼ਿੰਦਗੀ ਦੇ ਵਿੱਚ ਮਿਠਾਸ ਪੈਦਾ ਕਰਦਾ ਹੈ, ਤੇ ਜਿਸ ਤਰ੍ਹਾਂ ਕੋਈ ਵੀ ਸਾਗਰ ਲਹਿਰਾਂ ਤੋਂ ਬਿਨਾਂ ਪੂਰਾ ਨਹੀਂ ਹੈ, ਉਸ ਤਰ੍ਹਾਂ ਕੋਈ ਵੀ ਸੰਸਾਰ ਸੰਘਰਸ਼ ਤੋਂ ਬਿਨਾਂ ਪੂਰਾ ਨਹੀਂ ਹੈ। ਸਿਰਫ ਜਿਹੜੇ ਹਾਈਐਸਟ ਬੀਇੰਗ ਨੂੰ ਤੁਸੀਂ ਮੰਨਦੇ ਹੋ, ਜਿਹੜੇ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ, ਉਹਦੇ ਅੱਗੇ ਇੱਕ ਅਰਦਾਸ ਕਰਿਆ ਕਰੋ ਕਿ ਸਾਨੂੰ ਪਰਮਾਤਮਾ ਇੰਨੀ ਸ਼ਕਤੀ ਦੇ, ਇੰਨੀ ਹਿੰਮਤ ਦੇ ਕਿ ਅਸੀਂ ਆਪਣੇ ਚੈਲੰਜਸ ਦੇ ਥਰੂ ਸਿਰ ਉੱਚਾ ਕਰਕੇ ਇਹਦੇ ਚੋਂ ਨਿਕਲ ਜਾਈਏ। ਦੈਟ ਇਜ਼ ਇਟ।